ਦਿਨ ਰਾਤ ਜਪੋ ਤੇ ਅੱਜ ਕੱਲ੍ਹ ਤੇ ਕਈ ਮੈਂ ਕਹਿੰਦੇ ਸੁਣੇ ਨੇ ਵੀ ਅੰਮ੍ਰਿਤ ਵੇਲੇ ਜਪਣ ਦੀ ਲੋੜ ਹੀ ਨਹੀਂ ਹੈ, ਤੜਕੇ ਜਪਣ ਦੀ ਲੋੜ ਹੀ ਨਹੀਂ ਹੈ। ਮੈਂ ਹੈਰਾਨ ਰਹਿ ਜਾਂਦਾ ਹਾਂ ਕੁਝ ਪ੍ਰਚਾਰਕ ਅਜੋਕੇ ਸਮੇਂ ਵਿੱਚ ਗੁਰਸਿੱਖੀ ਗੁਰਮਤਿ ਦੇ ਪੁਰਾਤਨ ਅਸੂਲ ਪੁਰਾਤਨ ਪਰੰਪਰਾਵਾਂ ਗੁਰ ਇਤਿਹਾਸ ਗੁਰੂ ਕੀ ਬਾਣੀ ਗੁਰੂ ਘਰ ਦੀ ਮਰਿਆਦਾ ਨੂੰ ਸ਼ਿੱਕੇ ਟੰਗ ਰਹੇ ਨੇ। ਇੱਥੇ ਕਿਹਾ ਇਹ ਹੈ ਨਿਸ ਸਵੇਰੇ ਤੇ ਰਾਤ ਭਾਵ ਕੇ ਅੱਠੋ ਪੈਰ ਹਰ ਸਮੇਂ ਜਪੋ। ਪਰ ਕਈ ਪ੍ਰਚਾਰਕ ਵੀਰ ਮੈਂ ਇਹ ਗੱਲ ਕਹਿੰਦੇ ਸੁਣੇ ਨੇ ਉਹ ਗੁਰਮਤਿ ਦੀਆਂ ਮਹਾਨ ਮਰਿਆਦਾਵਾਂ ਉੱਤੇ ਗੁਰਮਤਿ ਦੇ ਪੁਰਾਤਨ ਸਨਾਤਨ ਅਸੂਲਾਂ ਉੱਤੇ ਗੁਰੂ ਘਰ ਦੀ ਬਣਿਆਈ ਮਰਿਆਦਾ ਉੱਤੇ ਕਾਲਖ ਘੋਸ਼ ਰਹੇ ਨੇ, ਉਹ ਇਸ ਮਾਰਗ ਤੋਂ ਸੰਗਤ ਨੂੰ ਭਟਕਾ ਰਹੇ ਨੇ। ਵੇਖੋ ਚੱਲੇ ਕਿੱਥੋਂ ਸਨ, ਪਹਿਲਾਂ ਦਸਮ ਬਾਣੀ ਦਾ ਵਿਰੋਧ ਕੀਤਾ ਵੀ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਹੈ, ਹਜੇ ਕਿ ਉਸੇ ਦਸਮ ਬਾਣੀ ਨੂੰ ਗੁਰੂ ਕਰਗੀਧਰ ਪਾਤਸ਼ਾਹ ਮੁਖਾਰ ਬਿੰਦ ਤੋਂ ਉਚਾਰਨ ਵਾਲਿਆਂ ਐਲਾਨ ਕਰ ਦਿੱਤਾ ਸੀ ਵੀ ਮੇਰੀ ਬਾਣੀ ਠੀਕ ਹੈ ਇਹਦਾ ਅਦਬ ਕਰੋ, ਪਰ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਮੰਨਣਾ ਹੈ, ਸਤਿਕਾਰ ਕਰਨਾ ਹੈ ਧਾਰਮਿਕ ਗ੍ਰੰਥਾਂ ਦਾ ਗੁਰ ਇਤਿਹਾਸ ਦਾ। ਦਸਮ ਤੋਂ ਚੱਲੇ ਸਿੱਖ ਪੰਥ ਦੀਆਂ ਜੜ੍ਹਾਂ ਵਿੱਚ ਤੇਲ ਪਾਉਣ ਦੇ ਲਈ, ਦਸਮ ਤੋਂ ਬਾਅਦ ਇਤਿਹਾਸ ਰੱਦ ਕੀਤਾ, ਹੁਣ ਸਿੱਧਾ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਉੱਤੇ ਸਿੱਖਿਆ ਉੱਤੇ ਇਹ ਕੈਂਚੀ ਲੈ ਕੇ ਕੱਟਾ ਕੱਟੀ ਸ਼ੁਰੂ ਕਰ ਦਿੱਤੀ ਗਈ ਹੈ, ਤਰਕ ਸ਼ੁਰੂ ਕਰ ਦਿੱਤਾ ਗਿਆ। ਦਸਮ ਤੋਂ ਚੱਲੇ ਧਿਆਨ ਦਿਓ, ਇਤਿਹਾਸ ਰੱਦ ਕਰ ਦਿੱਤਾ, ਦਸਮ ਰੱਦ ਕਰ ਦਿੱਤਾ, ਹੁਣ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਰੱਦ ਕਰਨ ਲਈ ਉਤਾਵਲੇ ਹੋਏ ਬੈਠੇ ਨੇ। ਅਤੇ ਮਨਸ਼ਾ ਕੀ ਹੈ, ਗੁਰਸਿੱਖੀ ਨਾਲੋਂ ਸਿੱਖ ਟੁੱਟ ਕੇ ਗਾਤਰੇ ਕਿਰਪਾਨਾਂ ਲਾ ਕੇ ਫਿਰ ਜਨੇਊ ਪਾ ਕੇ ਅਤੇ ਪੱਥਰਾਂ ਦਾ ਪੁਜਾਰੀ ਬਣ ਜਾਵੇ, ਜੋ ਏਜੰਸੀਆਂ ਚਾਹੁੰਦੀਆਂ ਨੇ ਉਹ ਕੀਤਾ ਜਾ ਰਿਹਾ ਹੈ। ਔਰ ਇਸ ਗੱਲ ਦਾ ਖਿਆਲ ਰੱਖਿਓ, ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ 'ਤੇ ਅੱਜ ਇਹਨਾਂ ਨੇ ਐਲਾਨੀਆਂ ਤੌਰ 'ਤੇ ਵਾਰ ਕਰ ਦਿੱਤਾ ਹੈ, ਸਾਰੇ ਦਾ ਸਾਰਾ ਗੁਰੂ ਗ੍ਰੰਥ ਸਾਹਿਬ ਕਹਿ ਰਿਹਾ ਹੈ ਦਿਨ ਰਾਤ ਜਪੋ, ਅੰਮ੍ਰਿਤ ਵੇਲੇ ਜਪੋ। 10 ਵਜੇ ਸੁੱਤੇ ਉੱਠਣ ਵਾਲੇ ਜਿਨ੍ਹਾਂ ਨੂੰ ਬਾਣੀ ਦਾ ਕੋਈ ਰਸ ਨਹੀਂ ਆਉਂਦਾ, ਨਾਮ ਰਤੜੀਆਂ ਰੂਹਾਂ ਦੇ ਪਾਸੋਂ ਅੰਮ੍ਰਿਤ ਜਸ ਅੰਮ੍ਰਿਤ ਨਾਮ ਅੰਮ੍ਰਿਤ ਵੇਲਾ ਖੋਣਾ ਚਾਹੁੰਦੇ ਨੇ, ਇਹ ਮੇਰਾ ਸੁਝਾਅ ਹੈ ਉਹਨਾਂ ਵੀਰਾਂ ਨੂੰ ਵੀ ਤੁਸੀਂ ਹਨੂੰਮਾਨ ਵਾਂਗੂ, ਤੁਸੀਂ ਕੁੰਭਕਰਨ ਵਾਂਗੂ ਜੋ ਮਰਜ਼ੀ ਕਰੋ, ਤੁਸੀਂ ਕੁੰਭਕਰਨ ਵਾਂਗੂ ਭਾਵੇਂ 6 ਮਹੀਨੇ ਸੁੱਤੇ ਨਾ ਉੱਠੋ। ਤੁਸੀਂ ਕਹਿੰਦੇ ਜੇ ਵੀ ਪ੍ਰਕਿਰਤੀ ਕਹਿੰਦੀ ਹੈ ਸੌਣਾ ਚਾਹੀਦਾ ਹੈ, ਸੁੱਤਿਆਂ ਸਰੀਰ ਚਾਰਜ ਹੋ ਜਾਂਦਾ ਹੈ, ਪ੍ਰਕਿਰਤੀ ਕਹਿੰਦੀ ਹੈ ਤੁਹਾਡੇ ਸੈੱਲ ਚਾਰਜ ਹੋ ਜਾਣ, ਪਰਮਾਤਮਾ ਚਾਹੁੰਦਾ ਹੈ ਤੁਸੀਂ ਰੈਸਟ ਕਰੋ ਤੁਹਾਡਾ ਸਰੀਰ ਰਿਸ਼ਟ ਪੁਸ਼ਟ ਹੋ ਜਾਵੇ, ਤੇ ਮੈਂ ਉਹਨਾਂ ਵੀਰਾਂ ਦੇ ਚਰਨਾਂ ਵਿੱਚ ਬੜੀ ਸੁਨਿਮਰ ਬੇਨਤੀ ਕਰਨਾ ਚਾਹੁੰਦਾ ਹਾਂ ਜੋ ਖੰਡਨ ਕਰਦੇ ਨੇ ਚਲਾਕੀ ਨਾਲ ਸਿਮਰਨ ਦਾ, ਸੇਵਾ ਦਾ, ਅੰਮ੍ਰਿਤ ਵੇਲੇ ਦਾ। ਰੱਬ ਦਾ ਵਾਸਤਾ ਹੈ ਤੁਸੀਂ ਭਾਵੇਂ ਸੁੱਤੇ ਨਾ ਉੱਠੋ, ਪਰ ਨਾਮ ਵਿੱਚ ਰੰਗਿਆਂ ਗੁਰਮੁਖ ਪਿਆਰਿਆਂ ਨੂੰ ਗੁਰੂ ਕੇ ਅਕੀਦੇ ਤੋਂ ਗੁਰੂ ਦੀ ਮਰਿਆਦਾ ਤੋਂ ਦੂਰ ਨਾ ਕਰੋ। ਜਿਹੜੀ ਪ੍ਰਕਿਰਤੀ ਜਿਹੜੇ ਰੱਬ ਦਾ ਨਾਮ ਲੈ ਕੇ ਗੁੰਮਰਾਹ ਕਰਦੇ ਹੋ, ਆਓ ਉਸੇ ਰੱਬ ਕੋਲੋਂ ਪੁੱਛੀਏ, ਆਓ ਉਸੇ ਪਰਮਾਤਮਾ ਕੋਲੋਂ ਪੁੱਛੀਏ ਵੀ ਅੰਮ੍ਰਿਤ ਵੇਲਾ ਜ਼ਰੂਰੀ ਹੈ ਕਿ ਨਹੀਂ, ਸਾਨੂੰ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ ਹੈ ਕਿ ਨਹੀਂ। ਆਓ ਕੁਦਰਤ ਨੂੰ ਪ੍ਰਕਿਰਤੀ ਨੂੰ ਪੈਦਾ ਕਰਨ ਵਾਲੇ ਖੁਦ ਖੁਦਾ ਕੋਲੋਂ ਪੁੱਛੀਏ, ਉਹ ਖੁਦ ਖੁਦਾ ਕੌਣ ਹੈ। ਮੈਂ ਫਿਰ ਦੁਹਰਾ ਦਵਾਂ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਪੋਥੀ ਪਰਮੇਸ਼ਰ ਕਾ ਥਾਨ। ਆਓ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੋਂ ਪੁੱਛੀਏ, ਪਾਤਸ਼ਾਹ ਤੁਹਾਡਾ ਨਾਮ ਲੈ ਕੇ ਸੱਚ ਦੇ ਪ੍ਰਚਾਰਕ ਆਪਣੇ ਆਪ ਨੂੰ ਕਹਾ ਕੇ ਤੁਹਾਡੀ ਮਰਿਆਦਾ ਨੂੰ ਤਾਰ ਤਾਰ ਕਰ ਰਹੇ ਨੇ, ਇਹਨਾਂ ਨੂੰ ਪਿਆਰਿਆਂ ਨੂੰ ਕਿਰਪਾ ਕਰਕੇ ਕੋਈ ਸੋਝੀ ਬਖਸ਼ੋ, ਕਿਰਪਾ ਕਰਕੇ ਇਹਨਾਂ 'ਤੇ ਤਰਸ ਕਰੋ, ਕਿਰਪਾ ਕਰਕੇ ਇਹਨਾਂ ਦੀ ਸੁਰਤੀ ਬਿਰਤੀ ਜੋ ਤੇਰੀ ਮਰਿਆਦਾ ਸਿਧਾਂਤ ਨਾਲੋਂ ਉਲਟ ਚੱਲ ਪਈ ਹੈ, ਆਪਣੇ ਪ੍ਰੇਮ ਸਹਿਤ ਸਿਰ 'ਤੇ ਹੱਥ ਰੱਖ ਕੇ ਉਹਨਾਂ ਨੂੰ ਸੇਧ ਦਿਉ ਅਤੇ ਪੰਥ ਦੀ ਝੋਲੀ ਪੈ ਕੇ ਇੱਥੇ ਗੁਰਸਿੱਖਾਂ ਨੂੰ ਸ਼ਰਧਾ ਦੇ ਸਹਿਤ
ਗੁਰਮਤ ਦੇ ਸਹਿਤ ਪ੍ਰੇਰ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਣ, ਨਾ ਕਿ ਅੰਮ੍ਰਿਤ ਵੇਲੇ ਦਾ, ਗੁਰ ਇਤਿਹਾਸ ਦਾ, ਗੁਰਬਾਣੀ ਦਾ, ਭੱਟਾਂ ਦੀ ਬਾਣੀ ਦਾ, ਸੁਖਮਣੀ ਸਾਹਿਬ ਦਾ, ਦਸਮ ਬਾਣੀ ਦਾ ਖੰਡਨ ਕਰਨ। ਇਹਨਾਂ 'ਤੇ ਵੀ ਕਿਰਪਾ ਕਰੋ। ਅਸੀਂ ਸਰਬੱਤ ਦਾ ਭਲਾ ਮੰਗਣਾ ਹੈ, ਇਹ ਨਹੀਂ ਵੀ ਅਸੀਂ ਉਹਨਾਂ ਨੂੰ ਕੋਈ ਮਾੜਾ ਚੰਗਾ ਕਹਿੰਦੇ ਹਾਂ। ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ, ਦੇਖੋ ਤੁਸੀਂ ਅਤੇ ਅਸੀਂ ਮਾਮੂਲੀ ਲੋਕ ਹੈ, ਸੱਚ ਦੇ ਜਾਂ ਝੂਠ ਦੇ ਪ੍ਰਚਾਰਕ ਹਾਂ। ਸਾਡੀ ਹਸਤੀ ਗੁਰੂ ਸਾਹਮਣੇ ਇੱਕ ਕੀਟ ਵਾਲੀ ਹੈ, ਅਸੀਂ ਅਲਪੱਗ, ਗੁਰੂ ਗ੍ਰੰਥ ਸਾਹਿਬ ਸਰਬੱਗ। ਹੁਣ ਮੈਂ ਆਖਾਂ ਤੁਸੀਂ ਅੰਮ੍ਰਿਤ ਵੇਲਾ ਛੱਡ ਦਿਓ, ਮੈਂ ਆਖਾਂ ਪ੍ਰਕਿਰਤੀ ਚਾਹੁੰਦੀ ਹੈ ਸੁੱਤੇ ਰਹੋ, ਸਰੀਰ ਚਾਰਜ ਹੋਣਾ ਚਾਹੀਦਾ ਹੈ, ਅਤੇ ਜੇ ਤੁਸੀਂ ਤੜਕੇ ਉੱਠ ਕੇ ਬਾਣੀ ਪੜ੍ਹੀਏ, ਪ੍ਰਕਿਰਤੀ ਦਾ ਖੰਡਨ ਹੈ, ਰੱਬ ਦੀ ਮਰਿਆਦਾ ਦਾ ਖੰਡਨ ਹੈ, ਅਤੇ ਰੱਬ ਦੀ ਮਰਿਆਦਾ ਨੂੰ ਖੰਡਨ ਕਰਕੇ ਤੁਸੀਂ ਰੱਬ ਨਹੀਂ ਪਾ ਸਕਦੇ, ਆਓ ਰੱਬ ਕੋਲੋਂ ਹੀ ਪੁੱਛ ਲਈਏ, ਆਓ ਪੋਥੀ ਕਾ ਪਰਮੇਸ਼ਰ ਥਾਨ ਕੋਲੋਂ ਪੁੱਛ ਲਈਏ, ਆਓ ਵਾਹੋ ਵਾਹੋ ਬਾਣੀ ਨਿਰੰਕਾਰ ਕੋਲੋਂ ਪੁੱਛ ਲਈਏ ਵੀ ਮਹਾਰਾਜ ਜੀ, ਇੱਕ ਤੁਹਾਡੇ ਘਰ ਦਾ ਪ੍ਰਚਾਰਕ ਅਖਵਾ ਕੇ ਇਹ ਗੁੰਮਰਾਹ ਕਰੇ ਵੀ ਅੰਮ੍ਰਿਤ ਵੇਲੇ ਨਹੀਂ ਉੱਠਣਾ ਬਾਪੂ, ਤੂੰ ਕੀ ਕਹਿੰਦਾ ਹੈ? ਅਤੇ ਸਾਡੇ ਬਾਪੂ ਨੇ ਖੁਦ ਖੁਦਾ ਨੇ ਐਲਾਨ ਕਰ ਦਿੱਤਾ, ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ। ਹੁਣ ਗੁਰੂ ਗ੍ਰੰਥ ਸਾਹਿਬ ਦੀ ਮੰਨਣੀ ਜੇ ਕਿ ਮੇਰੇ ਵਰਗੇ ਪ੍ਰਚਾਰਕ ਦੀ ਜਿਹੜਾ ਕੁਬਰ ਤੋਲ ਰਿਹਾ ਹੈ, ਰੱਬ ਦਾ ਵਾਸਤਾ, ਜੇ ਤੁਸੀਂ ਗੁਰੂ ਦੇ ਸਿੱਖ ਹੈ, ਪ੍ਰਚਾਰਕਾਂ ਦੇ ਸਿੱਖ ਨਹੀਂ ਹੋ। ਜੇ ਦਾਸ ਵੀ ਕੋਈ ਸਿਧਾਂਤ ਦੇ ਉਲਟ ਬਚਨ ਕਰੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਲਿਆ ਕਰੋ, ਮੇਰੇ ਪਿੱਛੇ ਲੱਗਣ ਦੀ ਲੋੜ ਨਹੀਂ ਹੈ। ਕੋਈ ਵੀ ਪ੍ਰਚਾਰਕ ਗੁਰੂ ਸਿਧਾਂਤ ਦੇ ਉਲਟ ਬਚਨ ਕਰੇ, ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਲਿਆ ਕਰੋ, ਪਿੱਛੇ ਲੱਗਣ ਦੀ ਲੋੜ ਨਹੀਂ ਹੈ, ਕਿਉਂਕਿ ਸਾਡੇ ਸਾਰਿਆਂ ਨਾਲੋਂ ਵੱਡਾ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ। ਬਾਣੀ ਨੂੰ ਪੁੱਛਿਓ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ, ਵੀ ਚਾਰ ਪਾਤਸ਼ਾਹ ਕੀ ਕਹਿੰਦੇ ਨੇ? ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਨਾ ਉੱਠੋ, ਗੁਰੂ ਸਾਹਿਬ ਕਹਿੰਦੇ ਨਹੀਂ, ਅੰਮ੍ਰਿਤ ਵੇਲੇ ਤੋਂ ਹੀ ਵਿਚਾਰ ਆਰੰਭ ਕਰ। ਔਰ ਕੇਵਲ ਅੰਮ੍ਰਿਤ ਵੇਲਾ ਹੀ ਨਹੀਂ, ਇਹ ਨਿਸ ਜਪਣਾ ਹੈ, ਦਿਨ ਰਾਤ ਜਪਣਾ ਹੈ। ਮਹਾਰਾਜ ਪਾਤਸ਼ਾਹ, ਤੁਸੀਂ ਕਹਿੰਦੇ ਜੇ ਅੰਮ੍ਰਿਤ ਵੇਲੇ ਉੱਠੋ, ਤੇ ਕਈ ਵੀਰ ਕਹਿੰਦੇ ਨੇ ਅੰਮ੍ਰਿਤ ਵੇਲੇ ਉੱਠਣ ਦਾ ਫਾਇਦਾ ਨਹੀਂ ਹੈ, ਛਾ ਲਾ ਕੇ ਉੱਠ, ਨਾਮ ਜਪ ਨਿਸ ਬਾਸੁਰ ਆਰਾਧ, ਤੜਕੇ ਉੱਠ ਕੇ ਨਾਮ ਜਪ, ਦਿਨ ਰਾਤ ਨਾਮ ਦੀ ਆਰਾਧਨਾ ਕਰਿਆ ਕਰ। ਚਿੜੀ ਚੁਹਕੀ ਪਉ ਫੁੱਟੀ, ਚਿੜੀ ਚੁਹਕੀ ਪਉ ਫੁੱਟੀ, ਵਗਨ ਬਹੁਤ ਤਰੰਗ। ਤੜਕੇ ਉੱਠ, ਚਿੜੀ ਚੁਹਕੀ ਹੈ, ਤੜਕੇ ਉੱਠ, ਆ ਉਹਦੇ ਨਾਮ ਵਿੱਚ ਬਹਿ ਜਾ। ਅਚਰਜ ਰੂਪ ਸੰਤਨ ਰਚੇ, ਨਾਨਕ ਨਾਮਹਿ ਰੰਗ। ਤੜਕਾ ਹੁੰਦਿਆਂ ਹੀ ਸਾਧ ਚੌਂਕੜਾ ਲਾਉਂਦੇ ਨੇ, ਸੰਤ ਚੌਂਕੜਾ ਲਾਉਂਦੇ ਨੇ। ਪਾਤਸ਼ਾਹ, ਨਾਮ ਤੜਕੇ ਜਪਣਾ ਚਾਹੀਦਾ ਹੈ ਕਿ ਨਹੀਂ? ਪ੍ਰਭਾਤੇ ਪ੍ਰਭ ਨਾਮ ਜਪ, ਗੁਰ ਕੇ ਚਰਨ ਧਿਆਏ। ਪ੍ਰਭਾਤ ਕਿਹਨੂੰ ਕਹਿੰਦੇ ਹੋ? ਬੇਅੰਤ ਪੰਕਤੀਆਂ ਨੇ, ਮੈਂ ਕੇਵਲ ਕੁਝ ਕਹਿ ਰਿਹਾ ਹਾਂ। ਪ੍ਰਭਾਤੇ ਪ੍ਰਭ ਨਾਮ ਜਪ, ਗੁਰ ਕੇ ਚਰਨ ਧਿਆਏ। ਨਾਮ ਜਪ ਤੜਕੇ ਉੱਠ ਕੇ, ਕੋਈ ਮੰਤਰ ਸ਼ੰਤਰ ਨਹੀਂ, ਕੋਈ ਪੱਥਰਾਂ ਕਬਰਾਂ ਦਾ ਨਹੀਂ, ਗੁਰੂ ਦੇ ਚਰਨ, ਬਾਬੇ ਰਾਮਦਾਸ ਦੇ ਚਰਨ ਹਿਰਦੇ 'ਚ ਧਾਰ ਕੇ ਯਾਦ ਕਰ। ਨਾਮ ਜਪ ਕਬੀਰ, ਸੂਤਾ ਕਿਆ ਕਰੇ? ਮੇਰੇ ਵਰਗੇ ਨੇ ਇੱਕ ਦਿਨ ਕਹਿਤਾ ਤੜਕੇ ਦਾ ਫਾਇਦਾ ਨਹੀਂ ਹੈ, ਅੰਮ੍ਰਿਤ ਵੇਲੇ ਦਾ ਫਾਇਦਾ ਨਹੀਂ ਹੈ। ਕਬੀਰ ਸੂਤਾ ਕਿਆ ਕਰ ਹੈ, ਉੱਠ ਕੇ ਨਾ ਜਪ ਹੈ। ਮੁਰਾਰ ਕਬੀਰ ਜੀ ਨੇ ਆਖਿਆ, ਉੱਠੋ ਇਹ ਜਨਮ ਵਿਅਰਥ ਨਾ ਗਵਾ, ਉੱਠ ਕੇ ਨਾਮ ਜਪ, ਉੱਠ ਕੇ ਬਾਣੀ ਜਪ। ਸਾਡੇ ਬਾਪੂ ਗੁਰੂ ਰਾਮਦਾਸ, ਗੁਰੂ ਅਮਰਦਾਸ ਕੀ ਕਹਿੰਦੇ ਨੇ, ਗੁਰੂ ਅੰਗਦ ਸਾਹਿਬ ਕੀ ਕਹਿੰਦੇ ਨੇ, ਸੇਖੀ ਉਹ ਹੈ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਏ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ, ਅੰਮ੍ਰਿਤ ਸਰਨ ਆਵੇ। ਪ੍ਰਭਾਤੇ ਉੱਠਣ ਵਾਲੇ ਨੂੰ ਬਾਣੀ ਨੇ ਸਿੱਖ ਆਖਿਆ ਹੈ। ਫਰੀਦਾ, ਪਿਛਲ ਰਾਤ ਨਾ ਜਾਗੇ ਉਹੋ, ਜੀਵੰਦੜੋ ਮੋਇਓ ਹੇ। ਜਿਹੜੇ ਅੰਮ੍ਰਿਤ ਵੇਲੇ ਉੱਠ ਨਹੀਂ ਸਕੇ ਉਹ ਤੇ ਮਰੇ ਹੋਏ ਨੇ, ਗੁਰਮਤ ਅਨੁਸਾਰ ਪਿਛਲੇ ਰਾਤੀ ਜਾਗੇ ਹੀ ਨਹੀਂ, ਪਿਛਲੇ ਰਾਤੀ ਉੱਠੇ ਹੀ ਨਹੀਂ, ਅੰਮ੍ਰਿਤ ਵੇਲਾ ਤੁਸੀਂ ਸਾਂਭਿਆ ਹੀ ਨਹੀਂ, ਕਹਿੰਦੇ ਮਰੇ ਹੋਏ। ਜਿਹੜਾ ਅੰਮ੍ਰਿਤ ਵੇਲਾ ਨਹੀਂ ਸਾਂਭਦਾ ਮੇਰੇ ਵਰਗਾ, ਉਹ ਮਰਿਆ ਹੋਇਆ ਹੈ ਗੁਰਮਤ ਅਨੁਸਾਰ, ਤੇ ਜਿਹੜਾ ਸਾਂਭ ਲੈਂਦਾ ਹੈ ਨਾ, ਉੱਠ ਫਰੀਦਾ ਉੱਜੂ ਸਾਜ, ਸੁਭਾ ਨਿਵਾਜ ਗੁਜ਼ਾਰ। ਉਹ ਫਰੀਦ ਜੀ ਵਰਗੇ ਮਹਾਂਪੁਰਸ਼ਾਂ ਵਿੱਚ ਪ੍ਰਤੀਕ ਹੋਇਆ, ਉਹਦੀ ਜੁੱਗਾਂ ਜੁੱਗਾਂ ਤੱਕ ਵਡਿਆਈ ਹੈ।
ਇੱਥੇ ਪੰਕਤੀ ਕਹਿ ਕੇ ਸਮਾਪਤੀ ਕਰਾਂ। ਚਿਹੇ ਆਲਾ ਚਿਹੇ ਅਦਨਾ ਚਿਹੇ ਸ਼ਾਹੋ ਫਕੀਰ, ਫਕੀਰ ਕੀ ਉੱਚਾ ਕੀ ਨੀਵਾ ਕੀ, ਸਾਰੇ ਹੀ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਤੜਕੇ ਉੱਠ ਕੇ ਦਿਨ ਰਾਤ ਅਹਿਨਿਸ ਰਾਤ ਦਿਨ ਨਾਮ ਜਪ ਕੇ ਤੇ ਝੋਲੀਆਂ ਭਰ ਭਰ ਕੇ ਲਈ ਜਾਂਦੇ ਨੇ। ਸਿੱਖਾ ਆ ਗੁਰੂ ਰਾਮਦਾਸ ਦੇ ਦਰ ਤੇ, ਛੱਡ ਕਬਰਾਂ ਨੂੰ ਪੱਥਰਾਂ ਨੂੰ, ਬਹਿ ਜਾ ਗੁਰੂ ਰਾਮਦਾਸ ਦੀ ਝੋਲੀ ਦੇ ਵਿੱਚ, ਪੈ ਜਾ ਗੁਰੂ ਰਾਮਦਾਸ ਦੀ ਝੋਲੀ ਵਿੱਚ ਮਨ ਅਤੇ ਤਨ ਕਰਕੇ। ਜਿੱਥੇ ਤਨ ਦੇ ਖਜ਼ਾਨੇ ਮਾਇਆ ਨਾਲ ਭਰੇਗਾ, ਉੱਥੇ ਮਨ ਦੇ ਖਜ਼ਾਨੇ ਗੁਰਬਾਣੀ ਬਖਸ਼ ਦੇਵੇਗਾ, ਗੁਰਬਾਣੀ ਨਾਲ ਭਰੇਗਾ ਤੇ ਤੂੰ ਸਦਾ ਦੇ ਲਈ ਮੁਕਤੀ ਹਾਸਲ ਕਰ ਲਵੇਂਗਾ।